ਕਹਿੰਦੇ ਨੇ ਕਿ ਜੇਕਰ ਕੁਝ ਹਾਸਲ ਕਰਨ ਦੀ ਇੱਛਾ ਹੋਵੇ ਤਾਂ ਉਹ ਇੱਕ ਨਾ ਇੱਕ ਦਿਨ ਜ਼ਰੂਰ ਪੂਰੀ ਹੁੰਦੀ ਹੈ। ਇਹ ਕਰ ਵਿਖਾਇਆ ਲੁਧਿਆਣਾ ਦੀ ਹਰਮਿੰਦਰ ਕੌਰ ਨੇ। ਮਿਸਿਜ ਮਿਸ ਇੰਡੀਆ 2019 ਮੁਕਾਬਲਿਆਂ ਵਿੱਚ ਹਰਮਿੰਦਰ ਕੌਰ ਨੇ ਬਿਊਟੀਫੁੱਲ ਸਮਾਈਲ ਦਾ ਖਿਤਾਬ ਜਿੱਤ ਕੇ ਆਪਣੇ ਸ਼ਹਿਰ ਦਾ ਹੀ ਨਾਮ ਨਹੀਂ ਰੋਸ਼ਨ ਕੀਤਾ ਸਗੋਂ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ, ਜਿਸ ਦੇ ਚੱਲਦੇ ਆਸ ਵੂਮੈਨ ਹੈਲਪਲਾਈਨ ਸੰਸਥਾ ਵੱਲੋਂ ਲੁਧਿਆਣਾ ਪੁੱਜਣ 'ਤੇ ਹਰਮਿੰਦਰ ਕੌਰ ਦਾ ਨਿੱਘਾ ਸਵਾਗਤ ਕਰਨ ਦੇ ਨਾਲ ਨਾਲ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਬਾਰੇ ਕੀ ਕਹਿਣਾ ਸੀ ਹਰਮਿੰਦਰ ਕੌਰ ਦਾ, ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। ਸਤਿ ਸ਼੍ਰੀ ਅਕਾਲ, ਮੈਂ ਹਰਮਿੰਦਰ ਲੁਧਿਆਣੇ ਤੋਂ ਬਿਲੋਂਗ ਕਰਦੀ ਹਾਂ। ਮੈਂ ਮਿਸਿਸ ਮਿਸ ਇੰਡੀਆ 2019 ਬਿਊਟੀਫੁੱਲ ਸਮਾਈਲ ਦਾ ਕਰਾਊਨ ਵਿਨ ਕਰਕੇ ਆਈ ਹਾਂ। ਇਹ ਇੱਕ ਬਹੁਤ ਹੀ ਵੱਡਾ ਪਲੇਟਫਾਰਮ ਹੈ ਜਿੱਥੇ ਮੈਨੂੰ ਪਰਫੋਰਮ ਕਰਨ ਦਾ ਮੌਕਾ ਮਿਲਿਆ, ਅਤੇ ਅੱਜ ਸਿੰਮੀ ਮੈਮ ਜੀ ਜਿਨ੍ਹਾਂ ਨੇ ਮੈਨੂੰ ਓਨਰ ਕੀਤਾ ਹੈ, ਮੈਂ ਲੁਧਿਆਣੇ ਅੱਜ ਇਹਨਾਂ ਦਾ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਅੱਜ ਮੈਨੂੰ ਇੰਨਾ ਵੱਡਾ ਮੌਕਾ ਦਿੱਤਾ ਗਿਆ, ਇੱਥੇ ਬੁਲਾਇਆ ਗਿਆ ਅਤੇ ਓਨਰ ਕੀਤਾ ਗਿਆ। ਅਤੇ ਪੈਨਾਸ਼ ਜੋ ਇੱਕ ਬਹੁਤ ਹੀ ਅੱਛਾ ਪਲੇਟਫਾਰਮ ਹੈ ਜੋ ਲੇਡੀਜ਼ ਲਈ ਬਣਾਇਆ ਗਿਆ ਹੈ, ਆਮ ਔਰਤਾਂ ਲਈ ਬਣਾਇਆ ਗਿਆ ਹੈ, ਜੋ ਔਰਤਾਂ ਘਰਾਂ ਦੇ ਵਿੱਚ ਬੰਦ ਰਹਿੰਦੀਆਂ ਹੈ ਉਹਨਾਂ ਨੂੰ ਆਪਣਾ ਟੈਲੈਂਟ ਪਰਫੋਰਮ ਕਰਨ ਲਈ ਇਹ ਬਹੁਤ ਹੀ ਵੱਡਾ ਪਲੇਟਫਾਰਮ ਹੈ। ਮਾਈਸੈਲਫ ਮਿਸਿਸ ਸਿੰਮੀ ਚੋਪੜਾ, ਪਛਾਣ ਚੇਅਰਪਰਸਨ ਆਫ ਏਕ ਆਸ ਵਿਮੈਨ ਹੈਲਪਲਾਈਨ ਐਨ ਜੀ ਓ। ਅੱਜ ਹਮਾਰੀ ਏਕ ਆਸ ਵਿਮੈਨ ਹੈਲਪਲਾਈਨ ਐਨ ਜੀ ਓ ਮੇ ਹਮਾਰੇ ਮੈਂਬਰ ਹਰਮਿੰਦਰਜੀਤ ਕੌਰ बॉम्बे में पिनाश ऑर्गेनाइजेशन से मिसेस इंडिया 2019 बेस्ट स्माइल का खिताब जीत कर आई हैं। इसी से हमारे सभी मेंबर्स ने मिलकर इनको आज यहां पर ऑनर किया गया है। बहुत अच्छी बात है, जिन लेडीज़ को घर से बाहर निकलने का मौका नहीं मिलता और जो जिनका टैलेंट खुलकर बाहर नहीं आता, उनकी टैलेंट को बाहर लाने के लिए ये ऑर्गेनाइजेशंस काम कर रही हैं और उनको एक मौका मिलता है कि अपना टैलेंट भी वो भी दुनिया के सामने आए और आकर परफॉर्म करें और अपना उनका टैलेंट दुनिया के सामने आए। लुधियाना तो गुरमीत निज्जर की रिपोर्ट, कैमरामैन अमनदीप के नाल, फॉक्स डॉट पंजाबी, योर सिटी योर न्यूज़।